हेलो नमस्ते आदाब सत श्रीकाल साडा स्वागत है डेली पोस्ट पंजाबी दे विच ते ऐतकी पंजाबियों नूं जिन्ना विसाखी दा जाणी आ जां जिन्ना विसाखी दा इंतजार नहीं आ उस फिल्म दा इंतजार है जिहड़ी मंजे बिस्तरे इकट्ठे कर रही है। जी हाँ मैं गल कर रहा गिप्पी गरेवाल की आने वाली फिल्म मंजे बिस्तरे दा जिहड़ी हुणे ही सुपरहिट ऐलान हो चुकी है। पूरी टीम मेरे नाल मौजूद है, आपां सारे नाल गलबात करदे हां। स्वागत है, सत श्रीकाल सर। सत श्रीकाल जी, सत श्रीकाल। मैं कहना वाला सारे एक वारी फतेह बुला दिया आपां पूरी फतेह ली इन्होंने जो बारी बारी आया फतेह कहने लगे तो मैं फतेह जी टाइम कर देना मैं तारी एक बार फिर सत श्रीकाल है जी। भाई मैं तो चीक ना मारया कर तू एक बारी तनु मैं समझाता सिंह टोड आज तक हां खुशी बहुत हो रही है जी। खुशी टेंशन यही डर है कोई ना कोई लड़ ना पवे ब्याह का माहौल है। पहला तो फिल्म दिमाग बिलकुल ही मतलब इना ज्यादा प्यार दिखाते ने मैं दस ही नहीं सकता। गुस्सा तो आंदा ही नहीं है, आंदा ही नहीं क्यों भाई स्माइल 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 मुश्किल जो लगे वा दस नहीं सकता तेन फिल्म दसूगी भी की होया। ਗਿੱਪੀ ਭਾਈ ਜੀ ਟੇਲਰ ਮਿਲੀਅਨ ਦੇ ਵਿੱਚ ਫਿਲਮ ਦੇ ਗਾਣੇ ਮਿਲੀਅਨ ਦੇ ਵਿੱਚ ਤੇ ਮੇਰੇ ਖਿਆਲ ਜਿਹੜੀ ਆਡੀਅੰਸ ਬਿਲਡ ਹੋਣੀ ਵੀ ਮਿਲੀਅਨ ਦੇ ਵਿੱਚ ਹੋਣੀ ਹੈ। ਬਸ ਇਦਾਂ ਹੀ ਹੋਵੇ ਜੀ ਤੁਹਾਡੇ ਮੂੰਹ 'ਚ ਕੀ ਸ਼ੱਕਰ ਸਾਧੂ ਬਾਬੇ ਦੇ ਫਟੇ ਹੋਏ ਲੱਡੂ ਤੁਹਾਡੇ ਮੂੰਹ 'ਚ ਮੂੰਹ 'ਚ ਕਿਹੜਾ ਗੁੱਲੀ ਡੰਡਾ ਖੇਡੇ ਨਾਲੇ ਥੀ। ਸੋ ਰਾਣਾ ਜੀ ਕਿਵੇਂ ਦਾ ਕੈਰੇਕਟਰ ਪਲੇ ਕਰ ਰਹੇ ਹੋ ਤੁਸੀਂ ਫਿਲਮ 'ਚ? पिंड दी कुड़ी है और बिल्कुल अपने कल्चर दे नाल जुड़ी हुई लेकिन बहुत कॉन्फिडेंट है, मतलब चुप रहन वाली जा बहुत ही सिंपल सिंपल हैगी है बट कॉन्फिडेंट है, जो दिल चाहुंदा बोल दिंदी है। भाई गल सच्ची है? मैं कह जी जो दिल चाहुंदा बोल दी नहीं की जो दिल चाहुंदा कर दी। सो एक बड़ा वधिया कांसेप्ट है ट्रेलर दे विच चपेड़ वाला, ओ किवें मिल जाया सी? ओ बा बैठ जो छड्डो जी ओदा की रखया मैं अजकल यही कहते हैं अजकल कुड़ियों के हाथ भी बहुत भारे होंगे। सो बाकी दी फिल्म देख के हुण सारी चीज नहीं आपां दसनी है। सो माइक अगे पास कर दो, रंगीला साहब जी जाते हैं, पूरे रंग बिरंगे लग रहे हो। जीजा जी की हाल चाल? सत श्रीकाल जी। सत श्रीकाल जी। बाकी मैं जीजे का करैक्टर कर रहा जी प्रौणे का। अपने आप बहुत ज्यादा जी अकलमंद समझदा पर अकलमंद हुंदा नहीं, ओ सुनदा है नहीं गा ते रोक एक्चुअल जिहड़ा हुंदा करैक्टर जिहड़ी मेरी है ही हैबिट है ਉਹ ਬਾਈ ਨੇ ਸੱਚੀ ਮਤਲਬ ਕਿ ਮੈਨੂੰ ਚੁਣਿਆ। ਸੋ ਇਸ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਕੋਈ ਸੁਣਦਾ ਨਹੀਂ ਉਹਦੀ, ਸਿਰਫ ਇੰਡਲੀ ਉਹ ਆਪਣੇ ਮਾਲਕ ਘਰ ਵਾਲੀ ਦੇ ਰੋਹ ਵੀ ਪਾਉਂਦਾ, ਕਹਿੰਦਾ ਕਮਾਲ ਕਰਦੀ ਹੈ ਬਾਈ ਤੂੰ ਹੁਣ ਮੈਨੂੰ ਕਿੱਡਾ ਨਾ ਫੜ ਲਾ ਵਿਆਹ ਕੰਮ ਦਾ 100 ਕੰਮ ਦਾ ਉੱਥੇ ਜਾਣਾ ਤੈਨੂੰ ਦੱਸ ਕੇ ਜਾਵਾਂ ਵੱਡੀ ਜਾਣਦਾ। ਉਹ ਕਹਿੰਦੀ ਮੈਂ ਤਾਂ ਕਿਹਾ ਹੀ ਤੁਹਾਨੂੰ ਰੋਕਿਆ ਨਹੀਂ, ਹੁਣ ਸਾਰੀ ਫਿਲਮ ਸੁਣਾ ਦੇਗਾ ਕੁਛ ਜੋ ਦੇਖਣ ਵਾਸਤੇ ਵੀ ਖੜਦੇ। ਹੈਲੋ ਉਹ ਗੱਲ ਸੁਣ ਵੀ ਨਾ ਮੇਰੀ ਗੱਲ ਸੁਣ, ਮੈਂ ਪ੍ਰਾਣਾ ਯਾਰ ਮੇਰੀ ਮੇਰੀ ਸੁਣੋ ਉਹ ਕਹਿੰਦਾ ਯਾਰ ਮੇਰੀ ਗੱਲ ਸੁਣ ਯਾਰ ਪਹਿਲੀ ਵਾਰ ਫੜਿਆ ਤੇ ਬਸ ਸੁਣ ਨੂੰ ਲੈ ਵਾਪਸ ਕਰ ਭਾਈ ਯਾਰ ਸੁਣ ਨੂੰ ਚੂਸੀ ਦੀ ਐ ਤਾਂ ਅੱਛਾ ਅੱਛਾ ਸਮਝਿਆ ਨਾ ਸਮਝਿਆ ਚੱਕੋ ਮਾਰ ਕਰ ਜਿੱਤੇ ਤਾਂ ਨਾ ਬਣਾ ਚੱਲ साऊ पोत है शैतान पोत है ना जी मेरा पोत है साऊ पोत साऊ ही लगते महा की पता हुंदा
ਜਿੱਦਾਂ ਸਿੱਧਾ ਰੰਗ ਹੈ ਸਾਰਿਆਂ ਦਾ ਖੂਨ ਪੀਤਾ ਬੁੜੇ ਉਹ ਕਈਆਂ ਕਹੀ ਜੋ ਕਈਆਂ ਕ ਪੀ ਕੇ ਘਟਾ ਲੂ ਮੈਂ ਜਾਂਦਾ ਜੱਫੀਆਂ ਪਾਈ ਜਾਂਦਾ ਉਹ ਧਿਆਨ ਕਰ ਲੈ ਡਾਂਗ ਦੀ ਦੌੜ ਨੀ ਬਸ ਬੋਲਤੇ ਬਹਿ ਕੇ ਡਰ ਜਾਂਦੇ ਮੈਨੂੰ ਛੇੜਨ ਦੀ ਲੋੜ ਨੀ ਮੈਂ ਆਪੇ ਛੇੜ ਜਾਂਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਮੈਂ ਫਿਜੀ ਗਈ ਇੱਕ ਫਿਲਮ ਦੀ ਸ਼ੂਟਿੰਗ ਦੇ ਹਾਏ ਹਾਏ 15 ਘੰਟਿਆਂ ਦਾ ਸਫ਼ਰ ਸਾਰੇ ਰਾਹ ਮੈਨੂੰ ਲੱਗੇ ਮੈਂ ਕਿਸੇ ਬਗਾਨੇ ਬੰਦੇ ਦੇ ਨਾਲ ਹੀ ਮੈਂ ਇਹਦੇ ਨਾਲ ਕੋਈ ਹੋਰ ਸਵਾਰੀ ਨਾਲ ਬੈਠੀ ਹਾਂ ਜੀ ਬਗਾਨੇ ਮੈਨੂੰ ਤਾਂ ਬਾਅਦ ਪਤਾ ਲੱਗਿਆ ਤੁਹਾਨੂੰ ਜਈ ਬੰਦਾ ਸੀ ਕਹਿੰਦੀ ਹਾਂ ਇਹਨਾਂ ਵਿਚਾਰੇ ਨੇ ਮੈਨੂੰ ਕਹਿਣਾ ਬੜਾ ਸਾਊ ਬੰਦਾ ਸੱਚੀ ਮੈਂ ਤਾਂ ਕੋਸ਼ਿਸ਼ ਕਰਦੀ ਰਹੀ ਨਹੀਂ ਮੈਂ ਸੋਚਿਆ ਵੀ ਮੈਂ ਤੇ ਛਿੜਾਂ ਜਿਵੇਂ ਖੂਹ ਚੋਂ ਬਾਲਟੀ ਖਿੱਚੀ ਦੇ ਪਾਣੀ ਭਰ ਕੇ ਇਹਨਾਂ ਦੀਆਂ ਗੱਲਾਂ ਨਾਲ ਭਰ ਕੇ ਹੁਣ ਖਿੱਚਣੀ ਪੈਂਦਾ ਇੱਧਰ ਬਹੁਤ ਡੋਲੇ ਨਾ ਜਾਣ ਕਿਤੇ ਬਾਬੇ ਨੂੰ ਤੁਸੀਂ ਟਾਈਮ ਨਹੀਂ ਦੇਣਾ ਹੈਗਾ ਕਿਉਂਕਿ ਇਹਨੇ ਸਾਰਿਆਂ ਦੀਆਂ ਗੱਲਾਂ ਨੂੰ ਕੁਛ ਨਾ ਕੁਛ ਬੋਲਣਾ ਹੀ ਹੈ 15 ਡਾਲਰ ਇੱਧਰ ਹੀ ਬੋਲਣੇ ਆ ਮੁੰਡਾ ਛੋਟਾ ਜਿਹਾ ਸਾਊ ਔਰ ਸੁਨੱਖਾ ਮੁੰਡਾ ਇਹਦੀ ਮਾਂ ਵੀ ਬਹੁਤ ਸੁਨੱਖਾ ਮਾਂ ਦੀ ਗੱਲ ਨਾ ਕਰਿਆ ਕਰੋ ਕੋਈ ਗੱਲ ਹੋਵੇ ਕੀ ਹਾਲ ਚਾਲ ਹੈ ਤੇਰੀ ਬੇਬੇ ਵਧੀਆ ਠੀਕ ਹੈ ਹੁਣ ਰਾਜ ਹਾਂ ਠੀਕ ਹੈ ਮੈਂ ਆਉਂ ਮੈਂ ਭਾਈ ਕਿਹਦੇ ਨੇ ਪ੍ਰੋਡਿਊਸਰ ਸਾਹਿਬ ਨੂੰ ਆਪਾਂ ਜੇ ਮੇਰੀ ਵਾਰੀ ਤੇ ਬੋਲੇ ਭਾਈ ਠੀਕ ਹੈ ਔਰ ਠੀਕ ਹੈ ਚਾਚਾ ਬਹਿਣ ਗਿਆ ਤੂੰ ਆਪਣੀ ਤਹਿ ਲਾ ਬਸ ਆਪਣੇ ਆਪ ਹੀ ਪਹਿਲਾ ਮੇਰੀ ਪਹਿਲਾ ਫਿਲਮ ਚ ਲੜਾਈ ਹੋਈ ਹੈ ਨੌਜਵਾਨ ਬੰਦੇ ਨਾਲ ਐਤਕੀ ਬੁਢਾਪੇ ਚ ਹੋ ਰਹੀ ਹੈ ਜਿਹੜਾ ਇਹ ਬੰਦਾ ਕੁੱਟ ਖਾਊਗਾ ਤੁਹਾਨੂੰ ਦੇਖੂਗਾ ਕਿੱਦਾਂ ਖਾ ਰਿਹਾ ਬੁਢਾਪੇ ਵਾਲੇ ਨੇ ਰੇਲ ਬਣਾਈ ਬਸ ਪੁੱਛੋ ਨਾ ਵੀ ਕਿੰਨੀ ਰੇਲ ਬਣਨੀ ਪਰ ਉਹ ਡਾਕਟਰ ਦਾ ਨਾਮ ਹੈਗਾ ਚਾਦਰ ਆਪਾਂ ਚਾਦਰ ਉਹ ਮੈਂ ਲੀਨੋ ਵੀ ਨਹੀਂ ਕਹੀ ਰੱਖੀ ਆ ਸਾਈ ਬੜੀ ਫਰਾਰ ਫਿਲਮ ਤੋਂ ਬਾਅਦ ਮੰਜੇ ਬਿਸਰੇ ਮੈਂ ਤੁਸੀਂ ਆ ਪ੍ਰੋਡਿਊਸ ਕਰ ਰਹੇ ਹੋ ਬਜਟ ਕਿਵੇਂ ਦਾ ਨਹੀਂ ਆਪਣੀ ਮੈਨੂੰ ਅਰਦਾਸ ਚ ਰੋਲ ਦਿੱਤਾ ਉਹਦੇ ਚ ਜ਼ਹਿਰ ਦੀ ਪੀਪੀ ਮੂਹਰੇ ਰੱਖਤੀ ਇਹਦੇ ਚ ਬੋਤਲਾਂ ਦੇ ਬੜਾ ਦੀ ਉਹ ਲੜਕਾ ਰੇ ਮਾਰੇ ਦਾ ਰੱਖੇ ਬਈ ਇਹ ਸਾਹਿਬ ਜੀ ਪੀਣ ਨਹੀਂ ਦਿੰਦੇ ਕਹਿੰਦੇ ਤੂੰ ਜ਼ਿਆਦਾ ਪੀ ਲਈ ਫਿਰ ਮੈਂ ਡਾਲਾ ਮਾਰਿਆ ਬਈ ਤੂੰ ਅਬ ਜਿਹੜੇ ਸਕੂਲ ਚ ਦੱਸਦੇ ਫਿਰ ਕਿਵੇਂ ਘੱਟ ਪੀ ਜਾਂਦੀ ਹੈ ਤੇ ਬਾਅਦ ਪੀ ਜਾਂਦੀ ਹੈ ਚਗਲ ਨਾ ਜੱਟ ਦੀ ਬੇਇੱਜ਼ਤੀ ਕਰਦੀ ਹੈ ਪਰ ਸੋਹੀ ਸਾਹਿਬ ਗੱਲਾਂ ਤੋਂ ਗੱਲਾਂ ਅਰਦਾਸ ਵਰਗੀ ਫਿਲਮ ਮੇਰੇ ਖਿਆਲ ਬਣ ਨਹੀਂ ਸਕਦੀ ਮਾਈਲਸਟੋਨ ਮੂਵੀ ਸੀ ਭਾਈ ਤਾੜੀਆਂ ਮਾਰ ਦੇ ਨਾ ਪਰ ਮੈਂ ਇਹ ਕਹਿਣਾ ਕਿ ਅਰਦਾਸ ਪਹਿਲੀ ਫਿਲਮ ਸੀ ਐਜ਼ ਡਾਇਰੈਕਟਰ
ਹੁਣ ਆ ਦੂਜੀ ਫਿਲਮ ਬਣਾਈ ਹੈ ਡਾਇਰੈਕਟ ਨਹੀਂ ਕੀਤੀ ਪਰ ਜੋ ਉਹਦੇ ਚ ਬੀੜਾ ਉਠਾ ਕੇ ਚੱਲੇ ਕਿ ਮੈਂ ਇਸ ਤਰ੍ਹਾਂ ਦਾ ਸਿਨੇਮਾ ਲੈ ਕੇ ਆਉਣਾ ਪੰਜਾਬੀ ਚ ਉਹਦੇ ਵਾਸਤੇ ਵਧਾਈ ਦੇ ਪਾਤਰ ਨੇ ਗਿੱਪੀ ਹੋਣੀ ਤੇ ਆ ਫਿਲਮ ਉਹਦੇ ਤੋਂ ਹੈਡ ਹੈ ਉਹਦੇ ਤੋਂ ਦੋ ਸਟੈਪ ਚਾਰ ਸਟੈਪ ਅੱਗੇ ਹੀ ਹੈ ਪਿੱਛੇ ਨਹੀਂ ਹੈ ਔਰ ਬਿਜ਼ਨਸ ਵਾਈਜ਼ ਵੀ ਉਹਦੇ ਤੋਂ ਕਿਤੇ ਅੱਗੇ ਜਾਏਗੀ ਕਿਉਂਕਿ ਹੁਣੇ ਇੰਨੀ ਵੱਡੀ ਹਵਾ ਬਣ ਚੁੱਕੀ ਹੈ ਫਿਲਮ ਦੀ ਜਿੱਧਰ ਗੱਲ ਕਰੋ ਮੰਜੇ ਬਿਸਤਰੇ ਦੀ ਗੱਲ ਹੋ ਰਹੀ ਹੈ ਮੰਜੇ ਬਿਸਤਰੇ ਮੰਦੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਬੱਚੇ ਪੁੱਛਦੇ ਨੇ ਲੋਕੀ ਪਹਿਲਾਂ ਕਹਿੰਦੇ ਸੀਗੇ ਕੈਰੀ ਓਨ ਜੱਟਾ ਵੀ ਯਾਰ ਪੰਜਾਬੀ ਇੰਡਸਟਰੀ ਦੀ ਸਭ ਤੋਂ ਵਧੀਆ ਫਿਲਮ ਹੈ ਕੈਰੀ ਓਨ ਜੱਟਾ ਔਰ ਹੁਣ ਤੁਸੀਂ ਦੇਖਿਓ ਲੋਕੀ ਕਹਿਣਗੇ ਵੀ ਪੰਜਾਬੀ ਇੰਡਸਟਰੀ ਦੀ ਸਭ ਤੋਂ ਬੈਸਟ ਫਿਲਮ ਹੈ ਮੰਜੇ ਔਰ ਮਰਾਠੀ ਤੋਂ ਬਾਅਦ ਪੰਜਾਬੀ ਸਿਨੇਮਾ ਦੂਸਰਾ ਮਤਲਬ ਸਿਨੇਮਾ ਕੋਈ ਜਿਹਦੇ ਚ ਮਰਾਠੀ ਤੋਂ ਬਾਅਦ ਦੂਸਰੀ ਫਿਲਮ ਹੋਣੀ ਜਿਹਨੇ ਸਭ ਤੋਂ ਵੱਧ ਬਿਜ਼ਨਸ ਕਰਿਆ ਜੇ ਤੁਸੀਂ ਕਿਸੇ ਵਿਆਹ ਨੂੰ ਯਾਦ ਕਰਕੇ ਦੇਖੋ ਤਾਂ ਵਿਆਹ ਦੇ ਵਿੱਚ ਉਸ ਵਿਆਹ ਤੋਂ ਬਿਨਾਂ ਬਹੁਤ ਸਾਰੀਆਂ ਹੋਰ ਗੱਲਾਂ ਹੁੰਦੀਆਂ ਜਿਵੇਂ ਕਈ ਵਾਰ ਬੁੜੀਆਂ ਪੁੱਛਦੀਆਂ ਕੁੜੇ ਆ ਫਲਾਣੀ ਆ ਕੁੜੀ ਕਿਹਦੀ ਹੈ ਇਹ ਫਲਾਣੇ ਬੜੇ ਮੁੰਡੇ ਲਈ ਗੱਲ ਚਲਾਈਏ ਸੋ ਏਦਾਂ ਦੇ ਬਹੁਤ ਸਾਰੇ ਰਿਸ਼ਤੇ ਨਾਤੇ ਫਿਲਮਾਂ ਜੁੜਦੇ ਨੇ ਨਵਿਆਂ 'ਚ ਵੀ ਇੱਦਾਂ ਹੀ ਹੁੰਦਾ ਸਭ ਤੋਂ ਵਧੀਆ ਗੱਲ ਇਹ ਹੈ ਕਿ ਫਿਲਮ ਉਹਨੂੰ ਚੰਗੀ ਮੰਨਦੇ ਨੇ ਲੋਕ ਜਿਹੜੀ ਫਿਲਮ ਲੋਕਾਂ ਨੂੰ ਇਹ ਲੱਗੇ ਕਿ ਸਾਡੀ ਫਿਲਮ ਹੈ ਇਹ ਸਾਡੀ ਆਪਣੀ ਫਿਲਮ ਹੈ ਜਾਂ ਲੋਕਾਂ ਨੂੰ ਇਹ ਲੱਗੇ ਸਾਡੀ ਆਪਣੀ ਗੱਲ ਹੈ ਸਾਡਾ ਆਪਣਾ ਮਸਲਾ ਹੈ ਸਾਡਾ ਆਪਣਾ ਕਲਚਰ ਹੈ ਸੋ ਇੱਕ ਉਹੋ ਜਿਹੀ ਫਿਲਮ ਹੈ ਅਰਦਾਸ ਤੋਂ ਬਾਅਦ ਦੂਜੀ ਹੰਬਲ ਮੋਸ਼ਨ ਪਿਕਚਰ ਦੀ ਦੂਜੀ ਫਿਲਮ ਜਿਹੜੀ ਇਹ ਮੰਜੇ ਬਿਸਤਰੇ ਹੈ ਮੈਂ ਸਮਝਦਾ ਕਿ ਫਿਲਮ ਦੇ ਵਿੱਚ ਅਸੀਂ ਉਸ ਕਲਚਰ ਨੂੰ ਕੈਰੀ ਕੀਤਾ ਜਿਵੇਂ ਸਿਨੇਮਾ ਰੀਤਾਂ ਰਿਵਾਜ਼ਾਂ ਨੂੰ ਕੈਰੀ ਕਰਦਾ ਚੰਗੀਆਂ ਗੱਲਾਂ ਨੂੰ ਕੈਰੀ ਕਰਦਾ ਉਸੇ ਤਰ੍ਹਾਂ ਇਹ ਸਾਡੀ ਨੌਜਵਾਨ ਜਿਹੜੀ ਪੀੜ੍ਹੀ ਹੈ ਜਾਂ ਅਗਲੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਦੱਸੂਗੀ ਕਿ ਸਾਡਾ ਕਲਚਰ ਕਿਹੋ ਜਿਹਾ ਸੀ ਸਾਡੀ ਸਭਿਅਤਾ ਕੀ ਸੀ ਸਾਡੀਆਂ ਆਪਸੀ ਸਾਂਝਾਂ ਕੀ ਸੀ ਬਾਬਾ ਨਾ ਕਹੋ ਬਾਬਾ ਸੱਪ ਨੂੰ ਕਹਿੰਦੇ ਆ ਇਹ ਬੰਦਾ ਸਾਧੂ ਹੈ ਸਾਡਾ ਗੁੱਲੀ ਡੰਡਾ ਖੇਡਣ ਗੁੱਲੀ ਹੀ ਵੱਜਦਾ ਸੀ ਹੈ ਉਹ ਕਾਲਜਾ ਚਲੀ ਮਾਂ ਦਾ ਓਏ ਹੁਣ ਠੀਕ ਹੈ ਛੇੜਾ ਤੂੰ ਤਮੰਨਾ ਨੀ ਪੂਰੀ ਹੈ ਕਿ ਮੈਂ ਤਮੰਨਾ ਨਾ ਪੂਜਾ ਪੂਰੀ ਹੋਈ ਨਾ ਤਮੰਨਾ ਕੋਈ ਨੀ ਇਹ ਭੁੱਖੜ ਬਾਬਾ ਹੈ ਪੂਰਾ ਇਹ 15-15 ਰੋਲ ਜੇਬ ਚ ਪਾ ਕੇ ਚੱਲਦਾ ਆ ਠੀਕ ਹੈ ਨਾ ਮੈਨੂੰ ਇੱਥੇ ਆਹ ਕਰਾ ਲਓ ਮੈਨੂੰ ਉੱਥੇ ਉਹ ਕਰਾ ਲਓ ਜਦੋਂ ਮਾੜੀ ਜੀ ਉਹਦੇ ਨਾਲ ਗੱਲ ਕਰੀਦੀ ਆ ਵੀ ਇੱਕ ਆਪਾਂ ਫਿਲਮ ਬਣਾਉਣੀ ਆ ਮੈਂ ਫਲਾਣਾ ਰੋਲ ਕਰਾਂ ਮੈਂ ਕਿਹਾ ਪਹਿਲਾਂ ਵਿਲਨ ਦਾ ਸੁਣਨਾ ਵੀ ਕਿਹੜੀ ਆ ਉਹਦੇ ਜੇ ਹਾਲੇ ਤਾਂ ਬਜ਼ੁਰਗ ਬਣਿਆ ਮੈਨੂੰ ਕਹੀ ਜਾਂਦਾ ਕਹਿੰਦਾ ਅਗਲੀ ਫਿਲਮ ਚ ਮੈਨੂੰ ਕੰਪਿਊਟਰ ਬਣਾ ਦਿਓ ਬਸ ਹੁਣ ਤਾਂ ਜਹਾਜ਼ ਵੀ ਬਣੂ ਛੇਤੀ ਬਾਬਾ ਹੁਣ ਲੀਡ ਰੋਲ ਕਰੂਗਾ ਲੈ ਹੁਣ ਆ ਸਾਡਾ ਤੋਤਾ ਸਿੰਘ ਬੱਚੇ ਨੂੰ ਇੱਕ ਅੰਕਲ ਹੀ ਕਹਿੰਦੇ ਨੇ ਤੇ ਇਹਦੇ ਚ ਰਿਸ਼ਤਿਆਂ ਦਾ ਪਤਾ ਲੱਗੂਗਾ ਕਿ ਰਿਸ਼ਤੇ ਕਿੱਦਾਂ ਬਸ ਤੋਂ ਉੱਤਰ ਕੇ ਆ ਰਹੇ ਨੇ ਤਾਂ ਸਮਾਜ ਨੂੰ ਇਹ ਸੇਧ ਦੇਣ ਵਾਸਤੇ ਬਹੁਤ ਹੀ ਪਿਆਰੀ ਮੂਵੀ ਬਣੀ ਹੋਈ ਹੈ ਮੇਰਾ ਬੜਾ ਅੱਛਾ ਕਰੈਕਟਰ ਹੈ ਮੈਂ ਵੀ ਇੱਕ ਉਹ ਹਾਂ ਜਿਹੜਾ ਕਿ ਵਿਆਹ ਦੇ ਵਿੱਚ ਮੈਨੂੰ ਘਰ ਤੱਕ ਕਿੱਥੇ ਚੀਜ਼ ਪਈ ਆ ਮੈਨੂੰ ਪਤਾ ਤੇ ਫਿਰ ਮੈਂ ਹੀ ਦੱਸਦਾ ਵੀ ਆ ਜਾ ਤੈਨੂੰ ਦੱਸਾਂ ਕੀ ਤੇ ਇਹੀ ਚੋਰੀ ਕਰਵਾਉਂਦਾ ਸਾਰਿਆਂ ਨੇ ਘਰ ਦਾ ਭੇਜੀ ਲੰਕਾ ਦਾ ਹੈ ਕਹਿੰਦੇ ਸੋ ਗਿੱਪੀ ਭਾਈ ਜੀ ਫਿਲਮ ਦੇ ਗਾਣੇ ਦੀ ਗੱਲ ਕਰ ਰਹੇ ਸਾਰੇ ਗਾਣੇ ਵਧੇ ਚੱਲ ਰਹੇ ਦੁਬਈ ਵਾਲੇ ਸ਼ੇਖ ਮੈਂ ਕਹਿੰਦਾ ਕਿ ਗਾਣਾ ਪਹਿਲਾਂ ਹੋ ਜਾਵੇ ਕਰੈਕਟਰ ਪਲੇ ਕਰਨੇ ਕੁੜੀਆਂ ਵਾਲਾ ਸੋਨਮ ਜੀ ਤੇ ਤੁਸੀਂ ਮੰਡੇ ਵਾਲਾ ਰਣਜੀਤ ਕੌਰ ਪਿੱਛੇ ਗਾਊਗੀ ਤੂੰ ਮੇਰੇ ਬਲ ਚੱਕ ਮੁੰਡਿਆ ਚਾਚੇ ਜਿਵੇਂ ਹੁੰਦੇ ਆ
ਰਾਖੀ ਰੂਪ ਦੀ ਲਈ ਇਹ ਕੰਮ ਆਉਂਗਾ ਬਿੱਲੋ ਅਥਰੇ ਸਵਾ ਦਾ ਕਹਿਣ ਚਟਲੀ ਰਾਖੀ ਰੂਪ ਦੀ ਲਈ ਇਹ ਕੰਮ ਆਉਂਗਾ ਬਿੱਲੋ ਅਥਰੇ ਸਵਾ ਦਾ ਕਹਿਣ ਚਟਲੀ ਲਿਖੇ ਵੀ ਬਹੁਤ ਗੀਤਕਾਰਾਂ ਨੇ ਆ ਜੀ ਤੇ ਗਾਏ ਵੀ ਬਹੁਤ ਬੰਦਿਆਂ ਨੇ ਆ ਅੱਡ ਅੱਡ ਫਲੇਵਰ ਦੇ ਗੀਤ ਨੇ ਜਗਦੀਪ ਸਾਡਾ ਬਾਬਾ ਵੀ ਗਾਉਂਦਾ ਹੈ ਮੈਂ ਕਹਿੰਦਾ ਵੀ ਬਾਬੇ ਨੂੰ ਜਦੋਂ ਵੀ ਗੀਤ ਸੁਣਾਉਣ ਲਈ ਕਹਿ ਰਿਹਾ ਨਾ ਬਾਬਾ ਕਰੈਕਟਰ ਕਰਦਾ ਬੁੜੇ ਦਾ ਪਰ ਜਦੋਂ ਗੀਤ ਸੁਣਾਉਣ ਲਾ ਤਾਂ ਅਸਲੀ ਬਾਤ ਸੁਣਦਾ ਬਾਬੇ ਅੱਜ ਸ਼ੇਰ ਬੁਢਾਪੇ ਚ ਸੁਣਾਉਣਾ ਬੁਢਾਪੇ ਵਾਲੇ ਫੀਲ ਚ ਪੂਰਾ ਉਹ ਸੱਜਣਾ ਸੋਹਣਿਆ ਤੇ ਸ਼ਕਨੇ ਵੇ ਯਾਰ ਇਹਦੇ ਚ ਤਾਂ ਮੈਂ ਭੁੱਲ ਹੀ ਗਿਆ ਆਪਣਾ ਰੰਗ ਦਿਖਾ ਉਹ ਤੇਰਾ ਨਾਂ ਲੈ ਕੇ ਦਿਲ ਉਹ ਤੇਰਾ ਨਾਂ ਲੈ ਚੱਲ ਦੇਸ਼ਾ ਆਪਣੇ ਵਿੱਚ ਮੈਂ ਯਾਰ ਮਹਿਸੂਸ ਕਰਦਾ ਆਖਾਂ ਕਸਮ ਖੁਦਾ ਦੇਖਾ ਮੇਰੇ ਚਾਵਾਂ ਨੂੰ ਚੜ ਗਿਆ ਚਾ ਚੰਨੀਏ ਤੇਰੇ ਸੁਪਨੇ ਰਿਹਾ ਮੈਂ ਸਜਾ ਉਹ ਲੱਗਦੇ ਸੋਹਣੀਏ ਕਿਤੇ ਨਾ ਨਜ਼ਰ ਤੈਨੂੰ ਇਹੋ ਹਰ ਪਲ ਕਰਾਂ ਮੈਂ ਦੁਆ ਚੜ ਦਾ ਜ਼ਰੂਰੀ ਚੰਨੀਏ ਤੈਨੂੰ ਦੇਖ ਦੇਖ ਹਾਏ ਦੇਖ ਦੇਖ ਚੜਦਾ ਜ਼ਰੂਰ ਚੰਨੀਏ ਹਾੜਾ ਜਾਵੀਨਾ ਤੂੰ ਅੱਖੀਆਂ ਤੋਂ ਦੂਰ ਚੰਨੀਏ ਜਾਵੀਨਾ ਜਾਵੀਨਾ ਮੈਂ ਤੋਂ ਦੂਰ 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 ਕਿਉਂਕਿ ਦੇਖੋ ਆਪਾਂ ਜਿਹੜੀਆਂ ਇੰਡਸਟਰੀ ਦੀਆਂ ਗੱਲਾਂ ਕਰਦੇ ਆ ਕਿ ਫਲਾਣੀ ਇੰਡਸਟਰੀ ਇੱਥੇ ਪਹੁੰਚੀ ਫਲਾਣੀ ਇੱਥੇ ਪਹੁੰਚੀ ਉਸ ਹਿਸਾਬ ਨਾਲ ਤਾਂ ਹਲੇ ਆਪਾਂ ਪਿੱਛੇ ਆ ਪਰ ਡੇ ਬਾਏ ਡੇ ਜੇ ਸਾਲਾਂ ਦੇ ਸਾਲ ਆਪਾਂ ਚੈੱਕ ਕਰੀਏ ਪਿਛਲੇ ਸਾਲ ਕੀ ਸੀ ਉਸ ਤੋਂ ਪਹਿਲਾਂ ਕੀ ਸੀ ਉਸ ਤੋਂ ਪਹਿਲਾਂ ਕੀ ਸੀ ਗਰੋ ਜ਼ਰੂਰ ਕਰ ਰਹੇ ਹਾਂ ਸੋ ਵੱਧ ਰਹੇ ਹਾਂ ਅੱਗੇ ਚੰਗੀਆਂ ਫਿਲਮਾਂ ਬਣ ਰਹੀਆਂ ਨੇ ਪਹਿਲਾਂ ਕੀ ਹੁੰਦਾ ਸੀ ਸਾਲ 'ਚ ਇੱਕ ਅੱਧੀ ਫਿਲਮ ਕੋਈ ਚੰਗੀ ਆਉਂਦੀ ਸੀ ਫਿਰ ਦੋ ਤਿੰਨ ਆਉਣ ਲੱਗੀਆਂ ਹੁਣ ਪਿਛਲੇ ਸਾਲ ਦੇਖੀਏ ਤਾਂ 5-6 ਫਿਲਮਾਂ ਬਹੁਤ ਅੱਛੀਆਂ ਸੀਗੀਆਂ ਸੋ ਮੈਨੂੰ ਲੱਗਦਾ ਐਤਕੀ 8-10 ਫਿਲਮਾਂ ਡੈਫੀਨੇਟਲੀ 10 ਫਿਲਮਾਂ ਤਾਂ ਸਟਰੋਂਗ ਜਾਣੀਆਂ ਚਾਹੀਦੀਆਂ ਨੇ ਸੋ ਜਦੋਂ 10-12 ਹੀਰੋ ਹੋ ਜਾਣਗੇ 10-12 ਫਿਲਮਾਂ ਹਰ ਸਾਲ ਦੀਆਂ ਸੁਪਰ ਹਿੱਟ ਹੋਣ ਲੱਗ ਜਾਣਗੀਆਂ ਤਾਂ ਡੈਫੀਨੇਟਲੀ ਆਪਣਾ ਨੱਕੋ ਨੱਕ ਦੇ ਨੇੜੇ ਕੰਮ ਆ ਰਿਹਾ ਸੋ ਅੱਛਾ ਹੋ ਰਿਹਾ ਜੀ ਨਵੇਂ ਮੁੰਡੇ ਖੜੇ ਹੋ ਰਹੇ ਨੇ ਹੁਣ ਐਮੀ ਵਿਰਕ ਨਵਾਂ ਮੁੰਡਾ ਹਿੱਟ ਹੋ ਗਿਆ ਹੈ ਨਾ ਉਹ ਖੜਾ ਹੋ ਗਿਆ ਸੋ ਇੱਦਾਂ ਦੇ 4-5 ਮੁੰਡੇ ਹੋਰ ਆਉਣ ਫਿਰ ਹੀਰੋ ਵਧਣੇ ਚਾਹੀਦੇ ਨੇ ਹੁਣ ਕੀ ਆ ਹੁਣ 4-3-4 ਜਾਣੇ ਰਹਿ ਜਾਂਦੇ ਨੇ ਲੋਕੀ ਕਹਿੰਦੇ ਇਹਨੂੰ ਲੈ ਲਓ ਇਹਨੂੰ ਲੈ ਲਓ ਇਹਨੂੰ ਲੈ ਲਓ ਜੇ ਉਹ ਬਿਜ਼ੀ ਨੇ ਤਾਂ ਫਿਲਮ ਬਣਦੀ ਨਹੀਂ ਫਿਲਮ ਬਣਦੀ ਹੈ ਤਾਂ ਕਈ ਵਾਰੀ ਫਿਲਮ ਖਰਾਬ ਹੋ ਜਾਂਦੀ ਆ ਸੋ ਉਸ ਕਰਕੇ ਨੁਕਸਾਨ ਹੋ ਰਿਹਾ ਵੀ ਜਿਹੜੀਆਂ ਕਈ ਫਿਲਮਾਂ ਵਧੀਆ ਵੀ ਹੁੰਦੀਆਂ ਜਿਹੜੀਆਂ ਨਹੀਂ ਚੱਲਦੀਆਂ ਅੱਛੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਨਹੀਂ ਚੱਲਦੀਆਂ ਸ਼ਾਇਦ ਉਹ ਇਸ ਕਰਕੇ ਨਹੀਂ ਲੋਕੀ ਦੇਖਣ ਜਾਂਦੇ ਲੋਕਾਂ ਨੂੰ ਲੱਗਦਾ ਕਿ ਯਾਰ ਇਹ ਨਵਾਂ ਹੀਰੋ ਆ ਪਤਾ ਨਹੀਂ ਕੀ ਕੀਤਾ ਹੋਣਾ ਬਾਹਰਵੇਂ ਦੇ ਕਹਿੰਦੇ ਯਾਰ ਫਿਲਮ ਤਾਂ ਚੰਗੀ ਸੀ ਪਰ ਮੈਂ ਘਰੇ ਹੀ ਦੇਖੀ ਬਟ ਉਹ ਨੁਕਸਾਨ ਹੋ ਗਿਆ ਹੀਰੋ ਐਕਸੈਪਟ ਨਹੀਂ ਹੋਇਆ ਸੋ ਚੰਗੀ ਫਿਲਮ ਦੇਣ ਤੋਂ ਬਾਅਦ ਵੀ ਕਈ ਵਾਰੀ ਹੀਰੋ ਵਰਕ ਨਹੀਂ ਕਰਦਾ ਸੋ ਕਈ ਅੱਛੇ ਹੀਰੋ ਜਿਵੇਂ ਹੁਣ ਸਾਡੀਆਂ ਵੀ ਫਿਲਮ ਇਹ ਤਾਂ ਨਾ ਕਿ ਜੇ ਕੋਈ ਇੱਕ ਹੀਰੋ ਨੇ ਅੱਛੀ ਫਿਲਮ ਦੇ ਦਿੱਤੀ ਤਾਂ ਉਹ ਹਰੇਕ ਫਿਲਮ ਚੰਗੀ ਦਊਗਾ ਫਿਲਮਾਂ ਹਿੱਟ ਹੁੰਦੀਆਂ ਫਲੋਪ ਹੁੰਦੀਆਂ ਮੈਨੂੰ ਲੱਗਦਾ ਕਿ ਜਿਹੜੀ ਫਿਲਮ ਦਾ ਪ੍ਰੋਮੋ ਜਾਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਤੁਸੀਂ ਸਿਨੇਮੇ 'ਚ ਜਾ ਕੇ ਦੇਖੋ ਸੋ ਉਹ ਚੀਜ਼ ਸਪੋਰਟ ਕਰਦੀ ਕਿਤੇ ਭਾਈ ਜੀ ਪੰਜਾਬੀ ਸਿਨੇਮੇ ਵਿੱਚ ਸਿਰਫ ਸਿਰਫ ਫਿਲਮਾਂ ਜਿਹੜੀਆਂ ਸੀਰੀਅਸ ਫਿਲਮਾਂ ਹੁੰਦੀਆਂ ਬਹੁਤ ਘੱਟ ਚੱਲਦੀਆਂ ਨੇ ਬਟ ਅਰਦਾਸ ਵਰਗੀ ਫਿਲਮ ਮਾਈਲਸਟੋਨ ਮੂਵੀ ਸੀ ਮੈਂ ਕਹਿੰਦਾ ਐਂਡ ਉਹਦੇ ਕਨਸੈਪਟ ਤੋਂ ਬਾਅਦ ਮੰਜੇ ਬਿਸਤਰੇ ਦਾ ਕਨਸੈਪਟ ਕਿਵੇਂ ਮਾਈਂਡ 'ਚ ਆਇਆ ਇੱਕ ਬਿਲਕੁਲ ਡਿਫਰੈਂਟ ਜੋਨਰ ਆ ਜੀ ਮੈਨੂੰ ਲੱਗਦਾ ਆ ਇੱਕ ਤਾਂ ਦੇਖੋ ਜੀ ਸਿੱਧਾ ਹੀ ਸਾਡੇ ਮਨ 'ਚ ਇਹ ਸੀਗਾ ਕਿ ਜਿਹੜੀਆਂ ਅਸੀਂ ਹੰਬਲ ਮੋਸ਼ਨ 'ਚ ਜੋ ਵੀ ਫਿਲਮਾਂ ਬਣਾ ਰਹੇ ਹਾਂ ਅਰਦਾਸ ਪਹਿਲੀ ਫਿਲਮ ਸੀਗੀ ਸਾਨੂੰ ਇਹ ਹੁੰਦਾ ਕਿ ਪੰਜਾਬ ਨਾਲ ਜੁੜੀਆਂ ਫਿਲਮਾਂ ਬਣਾਈਏ ਹੈ ਨਾ ਉਹ ਇੱਕ ਥੋੜ੍ਹਾ ਗੰਭੀਰ ਮਸਲਾ ਸੀਗਾ ਹੈ ਨਾ ਸਮੱਸਿਆਵਾਂ ਸੀਗੀਆਂ ਜਿਹੜੀਆਂ ਅਸੀਂ ਦਿਖਾਈਆਂ ਉਸ ਫਿਲਮ ਦੇ ਵਿੱਚ ਇਸ 'ਚ ਅਸੀਂ ਕਲਚਰ ਦਿਖਾ ਰਹੇ ਹਾਂ ਟ੍ਰੈਡੀਸ਼ਨ ਦਿਖਾ ਰਹੇ ਹਾਂ ਕਿ ਵਿਆਹ ਕਿੱਦਾਂ ਹੁੰਦੇ ਸੀ ਜਿਹੜੀਆਂ ਚੀਜ਼ਾਂ ਇਹ ਵੀ ਇੱਕ ਸਮੱਸਿਆ ਹੀ ਹੈ ਮੈਨੂੰ ਲੱਗਦਾ ਅੱਜ ਦੀ ਡੇਟ 'ਚ ਚੀਜ਼ਾਂ ਖਤਮ ਹੀ ਹੋ ਗਈਆਂ ਸੋ ਚੀਜ਼ਾਂ ਦੇਖਣ ਨੂੰ ਹੀ ਨਹੀਂ ਮਿਲਦੀਆਂ ਜਿਵੇਂ ਆਪਾਂ ਗੱਲ ਕੀਤੀ ਆ ਰਿਸ਼ਤਿਆਂ ਦੀ ਗਾਇਬ ਹੋ ਗਏ ਲੋਕਾਂ ਨੇ ਪੁੱਛਿਆ ਕਰਨਾ ਜੀਜਾ ਕੀ ਹੁੰਦਾ ਸੀ ਜਵਾਕਾਂ ਨੇ ਪੁੱਛਿਆ ਕਰਨਾ ਅੱਗੇ ਫੁੱਫੜ ਕੀ ਹੁੰਦਾ ਸੀ ਕਿਉਂਕਿ ਮੇਰੇ ਘਰ ਵੀ ਮੇਰੇ ਜਵਾਕ ਨੇ ਜਦੋਂ ਵੀ ਕੋਈ ਆਉਂਦਾ ਵਾ ਉਹਨਾਂ ਦਾ ਪੱਕਾ ਹੀ ਡਾਇਲੋਗ ਆ ਜੇ ਮੇਰੇ ਤੋਂ ਵੱਡਾ ਲੱਗਦਾ ਤਾਂ ਉਹ ਤਾਇਆ ਕਹਿੰਦੇ ਆ ਚਾਚਾ ਕਹਿੰਦੇ ਹੈ ਨਾ ਉਹ ਦੋ ਯਾਦ ਕੀਤੇ ਹੋਏ ਨੇ ਹੈ ਨਾ
परमानेंट कईयों नूं अंकल कह देना है ना। सो ये चीज़ा खत्म होंदी जा रही जिहड़ियां डे बाय डे आपां उन्हां नूं दिखाउणा दिखाउणा चाहुंदे आ। मतलब पुराने दौर दे विच किवें परिवार इकट्ठा हुंदा सी, खुशी दे मौके पूरा इकट्ठा करन दी कोशिश कीती होई है। बिल्कुल। सो माइक दिओ राणो जी नूं। सो राणो जी फिल्म दे विच किन्ने किन्ने थप्पड़ थप्पड़ी होए हुए जो फिल्म है वो एक फैमिली एंटरटेनर है जिदे विच फैमिली ड्रामा है, व्याह दिखाया, सारे रिश्तेदारी की हुंदी है दिखाया, फन एक्चुअली पंजाबी वेडिंग की हुंदी है वो दिखाया गया और बहुत डिफरेंट कॉन्सेप्ट है। मैनू नहीं लगता अज तक इस तरह का किसी ने सोच के व्याह बहुत बारी दिखाया फिल्मों के बट इदा का कॉन्सैप्ट लैके किसी ने नहीं दिखाया। सो मैं चाहूँगी कि जिदा गाने इन्ने पसंद आ रहे, हले एक होर गाना भी आने वाला है, म्यूजिक इन्ना वधिया और फिल्म बहुत वधिया है, सारे दे लिए कुछ हैगा, बच्चे भी इंजॉय कर सकते हैं, बड़े भी इंजॉय कर सकते हैं, यूथ भी इंजॉय कर सकती है। सो डेफिनेटली जाके देखना चाहिए और डेफिनेटली पंजाबी सिनेमा इस टाइम जरूरत है कि लोग सिनेमा के जाके फिल्म देख करे नहीं ता ही फिल्म बढ़ गई फिल्म छोटे छोटे घर रोह हुंदी है साडी ਅਸੀਂ ਉਹਨਾਂ 'ਚ ਰਹਿੰਦੇ ਹਾਂ ਜਾਂ ਫਲੈਟਸ ਫਲੈਟਸ ਰਹਿੰਦੇ ਹਾਂ ਅਤੇ ਜੇ ਵਿਆਹ ਹੋ ਜਾਏ ਕੋਈ ਵਿੱਚ ਆ ਜਾਏ ਵਿਆਹ ਤਾਂ ਆਪਾਂ ਕਹਾਂਗੇ ਮੈਰਿਜ ਪੈਲੇਸ ਚੱਲੀਏ। ਪਹਿਲਾਂ ਕੀ ਹੁੰਦਾ ਸੀਗਾ ਕਿ ਪਿੰਡ ਦੇ ਵਿੱਚ ਵਿਆਹ ਹੈ ਅਤੇ ਪਿੰਡ ਤੋਂ ਜਿਹੜੇ ਲਾਗਲੇ ਪਿੰਡ ਵੀ ਹੈ, ਪੰਜ ਸੱਤ ਪਿੰਡ ਹੈ, ਉਹਨਾਂ ਨੂੰ ਪਤਾ ਲੱਗ ਜਾ, ਸਪੀਕਰ ਲਾਉਂਦੇ ਸੀ, ਲੋਕ ਆ ਰਹੇ, ਮੇਲ ਆ ਰਹੇ, ਗਾਉਂਦੇ ਆ ਰਹੇ, ਹੁਣ ਉਹ ਗੱਲ ਹੀ ਨਹੀਂ ਪਤਾ ਲੱਗਦੀ ਵੀ ਮਤਲਬ ਵਿਆਹ ਦੇ ਵਿੱਚ ਵੀ ਉੱਥੇ ਮੈਰਿਜ ਪੈਲੇਸ ਵਿੱਚ ਵੀ ਕੋਈ ਬੰਦਾ ਪੁੱਛਦਾ ਉਹ ਭੂਆ ਜੀ ਆਏ ਸੀਗੇ, ਕਹਿੰਦੇ ਆਏ ਤਾਂ ਸੀਗੇ, ਕਹਿੰਦੇ ਦਿਖੇ ਨਹੀਂ, ਕਹਿੰਦੇ ਚਲੇ ਵੀ ਗਏ, ਮਤਲਬ ਕੋਈ ਰਿਸ਼ਤੇਦਾਰ ਆਇਆ ਔਰ ਚਲਾ ਗਿਆ ਪਤਾ ਵੀ ਨਹੀਂ ਲੱਗਦਾ। ਹੁਣ ਇਹ ਜਿਹੜੀ ਫਿਲਮ ਹੈ ਤੁਸੀਂ ਜਿੱਦਾਂ ਪੁੱਛ ਰਹੇ ਸੀਗੇ ਰਾਣਾ ਜੀ ਵੀ ਕਿਉਂ ਦੇਖਣ ਜਾਈਏ, ਇਸ ਕਰਕੇ ਦੇਖਣ ਜਾਈਏ ਕਿ ਆਪਣੇ ਰਿਸ਼ਤੇ ਆਪਣੇ ਕਲਚਰ ਨੂੰ ਯਾਦ ਕਰੀਏ ਔਰ ਬਾਹਰ ਵਾਲੇ ਜਿਹੜੇ ਫੋਰਨ ਕੰਟਰੀ ਦੇ ਪੰਜਾਬੀ ਬੰਦੇ ਆ ਰਹੇ ਉਹ ਤਾਂ ਤਰਸਦੇ ਹੀ ਜਿਹੀਆਂ ਗੱਲਾਂ ਨੂੰ, ਅਸੀਂ ਲੋਕ ਉਹ ਭੁੱਲਦੇ ਜਾ ਰਹੇ ਹਾਂ ਕਿ ਵਿਆਹ ਦੇ ਵਿੱਚ ਜਾਗੋ ਵੀ ਕੱਢਣੀ ਹੈ, ਉਹ ਛੱਜ ਵੀ ਕੁੱਟਣਾ ਹੁੰਦਾ ਹੈ, ਉਹ ਚੀਜ਼ਾਂ ਅਸੀਂ ਭੁੱਲ ਚੁੱਕੇ ਹਾਂ ਪਰ ਉਹ ਅਸੀਂ ਹੁਣ ਉਹ ਰਿਵਾਈਵ ਕਰ ਰਹੇ ਹਾਂ। बहुत सारी गल चलो जी 14 अप्रैल को इकट्ठे खजांगे मंजे बिस्तरे।